ਓਪਰੇਸ਼ਨ ਤਾਂ ਹੋ ਗਿਆ, ਮੈਂ ਮਿਲਿਆ ਮੁੰਡੇ ਨੂੰ ਹਨਾ, ਤੇ ਉਹ ਤਾਂ ਵਧੀਆ ਹੋ ਗਿਆ। ਜੁਬਾੜਾ ਦਾ ਤਾਂ ਵੱਡਾ ਓਪਰੇਸ਼ਨ ਸੀ, ਉਹ 8-10 ਘੰਟੇ ਤੋਂ ਹੁੰਦਾ, ਸਾਰਾ ਟੁੱਟਿਆ ਹੋਇਆ ਸੀ। ਉਹਨਾਂ ਨੇ 6-9 ਦੰਦ, ਦੋਨੋਂ ਦੰਦ ਹੀ ਜਾਮ ਕੀਤੇ ਹੋਏ ਆ, ਹੀਲ ਹੋਣ ਨੂੰ। ਉਹ 2-3 ਦਿਨ ਬਾਅਦ ਕਰ ਦੇਣਾ, ਆਹ ਜਿਹੜਾ ਟਿਊਬ ਜੀ ਆ ਉਹ ਸ਼ਾਮ ਤੱਕ ਕਰ ਦੇਣੀ। ਹਾਂਜੀ, ਉਹਦਾ ਔਖਾ ਵਾ, ਤੂੰ ਨਿਕਲ ਉਹ ਤਾਂ ਨਿਕਲ ਜਾਣੀ, ਘੰਟੇ ਤੋਂ ਘੰਟੇ ਨਿਕਲ ਜਾਣੀ। ਬਾਕੀ ਤਾਂ ਪਲੇਟਾਂ ਪਲੂਟਾਂ ਪਾਤੀ ਹੈ, ਸਾਰਾ ਮੁੜ ਕੇ ਬਣਾਉਣਾ ਪਿਆ, ਅਤੇ ਚਿਪੜੀ ਠੀਕ ਕੀਤੀ ਹੈ, ਅਤੇ ਇਹਦੇ ਹੇਠਾਂ ਜਿਹੜੀ ਹੱਡੀ ਟੁੱਟੀ ਸੀ ਉਹਦੀ ਪੇਸ਼ੈਂਟ ਤੋੜ ਲਈ, ਉਹ ਪਲਸਤਰ ਨਹੀਂ ਸਰ, ਉਸ ਬਹੁਤ ਸਰਜਰੀ ਦੇ ਡਨ ਸਾਰੀ ਹੋ ਗਈ। ਹਾਂਜੀ, ਹੁਣ ਕੁਛ ਹੋਵੇ ਤਾਂ ਜਿਹੜੀ ਚੀਜ਼ ਦੀ ਲੋੜ ਹੋਏ ਜਾਮ ਕੀਤੇ ਹੋਏ ਆ, ਹੀਲ ਹੋਣ ਨੂੰ। ਉਹ 2-3 ਦਿਨ ਬਾਅਦ ਕਰ ਦੇਣਾ, ਆਹ ਜਿਹੜਾ ਟਿਊਬ ਜੀ ਉਹ ਸ਼ਾਮ ਤੱਕ ਕਰ ਦੇਣੀ। ਹਾਂਜੀ, ਉਹਦਾ ਔਖਾ ਵਾ, ਤੂੰ ਨਿਕਲ ਉਹ ਤਾਂ ਨਿਕਲ ਜਾਣੀ, ਘੰਟੇ ਤੋਂ ਘੰਟੇ ਨਿਕਲ ਜਾਣੀ। ਬਾਕੀ ਤਾਂ ਪਲੇਟਾਂ ਪਲੂਟਾਂ ਪਾਤੀ ਹੈ, ਸਾਰਾ ਮੁੜ ਕੇ ਬਣਾਉਣਾ ਪਿਆ, ਅਤੇ ਚਿਪੜੀ ਠੀਕ ਕੀਤੀ ਹੈ, ਅਤੇ ਇਹਦੇ ਹੇਠਾਂ ਜਿਹੜੀ ਹੱਡੀ ਟੁੱਟੀ ਸੀ ਉਹਦੀ ਪੇਸ਼ੈਂਟ ਤੋੜ ਲਈ, ਉਹ ਪਲਸਤਰ ਨਹੀਂ ਸਰ, ਉਸ ਬਹੁਤ ਸਰਜਰੀ ਦੇ ਡਨ ਸਾਰੀ ਹੋ ਗਈ। ਹਾਂਜੀ, ਸਿਰ ਤਾਂ ਠੀਕ ਸੀ, ਥੋੜ੍ਹੀ ਘੱਟ ਹੋ ਗਈ। ਹੁਣ ਕੁਛ ਹੋਵੇ ਤਾਂ ਜਿਹੜੀ ਚੀਜ਼ ਦੀ ਲੋੜ ਹੋਏ, ਪਲੀਜ਼ ਖਾਣਾ ਖੁਆਣਾ ਕੁਛ। ਹਾਂਜੀ, ਕੋਈ ਨਹੀਂ, ਤੁਸੀਂ ਫੋਨ ਕਰੀ ਜਾਂਦੇ ਆ ਜਾਣਾ ਹੁੰਦਾ ਵੀਰੇ, ਉਹਨਾਂ ਦਾ ਵੀਰੇ ਨਾਲ ਵੀ ਗੱਲ ਹੋ ਜਾਂਦੀ ਹੈ। ਤੁਸੀਂ ਮੈਡੀਸਨ ਲੈ ਲਓ, ਮੈਂ ਤਾਂ ਪੈਸੇ ਨਹੀਂ 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 ਨਹੀਂ